ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਨੋਟੀਫਿਕੇਸ਼ਨ ਦੀ ਜੋ ਕਿ ਵਾਇਰਲ ਹੋ ਰਿਹਾ ਹੈ। 13 ਤਰੀਕ ਦਾ ਨੋਟੀਫਿਕੇਸ਼ਨ ਹੈ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸ਼੍ਰੀ ਸੰਦੀਪ ਸਿੰਘ AIE ਵਲੰਟੀਅਰ ਸਪਰਸ਼ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਨੂੰ ਇਸ ਪੱਤਰ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 11/4/2023 ਨੂੰ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਵੱਲੋਂ ਵੱਖ ਵੱਖ ਅਧਿਆਪਕ ਜਥੇਬੰਦੀਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਸੀ, ਜਿਸ ਵਿੱਚ EGS ਵਲੰਟੀਅਰ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਆਪ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਸੀ, ਪਰੰਤੂ ਆਪ ਵੱਲੋਂ ਮੀਟਿੰਗ ਤੋਂ ਪਹਿਲਾਂ ਮਾਣਯੋਗ ਸਿੱਖਿਆ ਮੰਤਰੀ ਜੀ ਦੇ ਗੱਡੀ ਉੱਤੇ ਹਮਲਾ ਕੀਤਾ ਗਿਆ ਅਤੇ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਇਆ ਗਿਆ, ਜੋ ਕਿ ਅਤਿ ਨਿੰਦਣਯੋਗ ਹੈ ਅਤੇ ਮੰਦਭਾਗਾ ਹੈ। ਇਸ ਕਾਰਵਾਈ ਨਾਲ ਆਪ ਵੱਲੋਂ ਸਿੱਖਿਆ ਵਿਭਾਗ ਦੇ ਅਕਸ ਨੂੰ ਠੇਸ ਪਹੁੰਚਾਈ ਗਈ ਹੈ। ਉਪਰੋਕਤ ਪੈਰਾ ਵਿੱਚ ਵਰਣਿਤ ਕੀਤੇ ਕਾਰਨਾਂ ਕਰਕੇ ਆਪ ਦਾ ਕੰਮ ਅਤੇ ਵਤੀਰਾ ਤਸੱਲੀ ਬਖਸ਼ ਨਾ ਮੰਨਦੇ ਹੋਏ ਆਪ ਦੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਹੈ। ਐਪਰ ਕੁਦਰਤੀ ਨਿਆਂ ਦੇ ਤਕਾਜ਼ੇ ਵਜੋਂ ਇਸ ਨੋਟਿਸ ਰਾਹੀਂ ਆਪ ਨੂੰ ਕਾਰਨ ਦੱਸਣ ਦਾ ਮੌਕਾ ਦਿੱਤਾ ਜਾਂਦਾ ਹੈ। ਜੇਕਰ ਆਪ ਇਸ ਸੰਬੰਧੀ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ ਆਪ ਨੂੰ ਉਕਤ ਤਜਵੀਜ਼ ਕੀਤੀ ਕਾਰਵਾਈ ਕਰਨ ਤੋਂ ਪਹਿਲਾਂ ਵਿਚਾਰਿਆ ਜਾਵੇਗਾ। ਸਪਸ਼ਟੀਕਰਨ ਇਸ ਨੋਟੀਫਿਕੇਸ਼ਨ ਦੀ ਪ੍ਰਾਪਤੀ ਦੇ 7 ਦਿਨ ਦੇ ਅੰਦਰ ਅੰਦਰ ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫਸਰ ਰਾਹੀਂ ਭੇਜਿਆ ਜਾਵੇ। ਜੇਕਰ ਨਿਸ਼ਚਿਤ ਸਮੇਂ ਅੰਦਰ ਕੋਈ ਸਪਸ਼ਟੀਕਰਨ ਨਹੀਂ ਪ੍ਰਾਪਤ ਹੋਇਆ ਤਾਂ ਸਮਝ ਲਿਆ ਜਾਵੇਗਾ ਕਿ ਆਪ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦੇ ਅਤੇ ਕੇਸ ਦਾ ਫੈਸਲਾ ਗੁਣ ਅਤੇ ਦੋਸ਼ਾਂ ਦੇ ਆਧਾਰ ਤੇ ਕਰ ਦਿੱਤਾ ਜਾਵੇਗਾ। ਤੇ ਤੁਹਾਨੂੰ ਪਤਾ ਹੈ ਕਿ 11/4/2023 ਨੂੰ ਦੋਸਤੋ ਇੱਕ ਮੀਟਿੰਗ ਸੀਗੀ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਨਾਲ, ਤੇ ਹੋਇਆ ਕੀ ਹੈ ਕਿ ਇਹ ਕੈਂਡੀਡੇਟ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ ਤੇ ਆਰੋਪ ਲਗਾਇਆ ਜਾ ਰਿਹਾ ਹੈ ਕਿ ਹਮਲਾ ਕੀਤਾ ਗਿਆ, ਆਈ ਥਿੰਕ ਪ੍ਰੋਟੈਸਟ ਕੀਤਾ ਗਿਆ ਹੈ ਵਲੰਟੀਅਰਸ EGS ਐਲੀਮੈਂਟਰੀ ਟੀਚਰ ਜੋ ਹੈਗੇ ਨੇ, ਤੇ ਇਹਨਾਂ ਦਾ ਵੀ ਇੱਕ ਮੰਗ ਹੈ ਕਿ ਪਰਮਾਨੈਂਟ ਕੀਤਾ ਜਾਏ। ਆਈ ਥਿੰਕ ਇਹੀ ਮੰਗ ਹੈ, ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦੇਣਾ ਕੀ ਮੰਗ ਹੈ ਇਹਨਾਂ ਦੀ। ਅਤੇ ਇਹ ਆਰੋਪ ਲਗਾਇਆ ਗਿਆ, ਦੇਖੋ ਦੋਸਤੋ ਕਿ ਆਰੋਪ ਕਰਕੇ ਹੁਣ ਇਹਨਾਂ ਨੂੰ ਸੇਵਾ ਮੁਕਤ ਕੀਤਾ ਜਾ ਰਿਹਾ ਹੈ, ਕਹਿ ਰਿਹਾ ਕਿ ਇਹਨਾਂ ਨੂੰ ਨੌਕਰੀ ਤੋਂ ਅੱਡ ਕੀਤਾ ਜਾ ਰਿਹਾ। ਲੇਕਿਨ ਦੋਸਤੋ ਇੱਥੇ ਇਹ ਵੀ ਹੈ ਕਿ ਲੋਕਾਂ ਦਾ ਪੇਸ਼ੈਂਸ ਦੀ ਵੀ ਇੱਕ ਪ੍ਰੀਖਿਆ ਜਿਹੜੀ ਆ ਹੋ ਰਹੀ ਹੈ ਇੱਥੇ। ਇਹ ਤਾਂ ਸਿਰਫ ਇੱਕ ਉਦਾਹਰਣ ਹੈ, ਲੇਕਿਨ ਜੋ 3704 ਦੇ ਵਿੱਚ ਪਿਛਲੇ ਦਿਨ ਹੋਇਆ ਕਿ ਕੈਂਡੀਡੇਟ ਰਿਜ਼ਲਟ ਰਿਵਾਈਜ਼ ਕਰਕੇ ਉਹਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਉਸ ਤੋਂ ਵੀ ਸਪਸ਼ਟੀਕਰਨ ਮੰਗਿਆ ਕਿ ਤੁਸੀਂ ਆਪਣੀ ਜੋ ਕਹਿਣਾ ਚਾਹੁੰਦੇ ਹੋ ਰਾਏ ਉਹ ਦੇ ਸਕਦੇ ਹੋ, ਲੇਕਿਨ ਬੋਰਡ ਵਾਲੇ ਕਿਹਦਾ ਕੁਝ ਸੁਣਦੇ ਨੇ। ਲੇਕਿਨ ਦੋਸਤੋ ਇੱਥੇ ਗੱਲ ਇਹ ਵੀ ਹੈਗੀ ਹੈ ਕਿ ਬਈ ਹੁਣ ਲੋਕ ਇੰਨੇ ਪੇਸ਼ੈਂਸ ਦੇ ਵਿੱਚ ਕਿਵੇਂ ਰਹਿ ਸਕਦੇ ਨੇ, ਅਤੇ ਉਹ ਆਪਣੇ ਹੱਕਾਂ ਦੇ ਲਈ ਕੁਝ ਨਾ ਕੁਝ ਤਾਂ ਉਹਨਾਂ ਨੂੰ ਕਰਨਾ ਹੀ ਪੈਂਦਾ ਹੈ। ਅਤੇ ਇੱਥੇ ਹਮਲੇ ਵਾਲੀ ਕੋਈ ਗੱਲ ਹੈ ਨਹੀਂ, ਜੋ ਕਿ ਸਾਨੂੰ ਪਤਾ ਚੱਲ ਰਿਹਾ। ਸਾਡੇ ਸਾਥੀਆਂ ਨੇ ਫੋਨ ਕਰਕੇ ਸਾਨੂੰ ਦੱਸਿਆ ਹੈ ਕਿ ਕੁਝ ਵੀ ਇਹੋ ਜਿਹਾ ਵੱਡਾ ਹੰਗਾਮਾ ਨਹੀਂ ਹੋਇਆ ਸੀ, ਲੇਕਿਨ ਫਿਰ ਵੀ ਇਹ ਕੁਝ ਕੀਤਾ ਜਾ ਰਿਹਾ। ਇੱਥੇ 4161 ਦੀ ਗੱਲ ਕਰ ਲਈਏ ਮਾਸਟਰ ਕੈਡਰ ਦੀ, ਤਾਂ ਉੱਥੇ ਪੰਜਾਬੀ ਮਾਸਟਰ ਕੈਡਰ ਵਿੱਚ ਹੀ 30 ਤੋਂ ਜ਼ਿਆਦਾ ਕੈਂਡੀਡੇਟ ਇਹੋ ਜਿਹੇ ਨੇ ਜਿਨ੍ਹਾਂ ਦੇ ਮਾਰਕਸ ਘਟੇ ਨੇ, ਠੀਕ ਹੈ, ਜੋ ਦੱਸਿਆ ਜਾ ਰਿਹਾ। ਤਾਂ ਉਹਨਾਂ ਨੇ ਵਟਸਐਪ ਗਰੁੱਪ ਵੀ ਆਪਣੇ ਅਲੱਗ ਅਲੱਗ ਬਣਾ ਲਏ ਨੇ, ਕਿਉਂਕਿ ਹੁਣ ਮਾਰਕਸ ਘਟੇ ਨੇ ਅਤੇ ਜਾਣਕਾਰੀ ਇਹ ਦਿੱਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਜਿਹਨਾਂ ਕੈਂਡੀਡੇਟਸ ਨੂੰ ਆਫਰ ਲੈਟਰ ਮਿਲਿਆ ਮਾਰਕਸ ਘਟੇ ਨੇ ਅਤੇ ਉਹਨਾਂ ਦੇ ਆਫਰ ਲੈਟਰ ਤੱਕ ਰੱਦ ਹੋ ਜਾਣ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਰਿਵਾਈਜ਼ਡ ਆਫਰ ਲੈਟਰ ਦੀ ਲਿਸਟ ਯਾਨੀ ਸਿਲੈਕਸ਼ਨ ਲਿਸਟ ਦੁਬਾਰਾ ਤੋਂ ਆਵੇ। ਲੇਕਿਨ ਇੱਥੇ ਦੋਸਤੋ ਕੁਝ ਵੀ ਹੋ ਸਕਦਾ ਆ, ਹੋ ਸਕਦਾ ਜੁਆਇਨਿੰਗ ਹੋ ਜਾਵੇ, ਜੁਆਇਨਿੰਗ ਹੀ ਹੋ ਜਾਵੇ, ਜਾਂ ਫਿਰ ਜੋ ਕਿਹਾ ਜਾ ਰਿਹਾ ਹੈ ਕਿ ਇਸ ਵਕਤ ਮਾਰਕਸ ਜਿਨ੍ਹਾਂ ਦੇ ਘਟੇ ਨੇ ਹੋ ਸਕਦਾ ਕਿ ਉਹ ਰੇਸ ਤੋਂ ਬਾਹਰ ਹੋ ਜਾਣ, ਅਤੇ ਕੁਝ ਕਿਹਾ ਨਹੀਂ ਜਾ ਸਕਦਾ। ਲੇਕਿਨ ਇੱਥੇ ਪੇਸ਼ੈਂਸ ਦੀਆਂ ਹੱਦਾਂ ਨੂੰ ਪਾਰ ਕਰ ਦਿੱਤਾ ਹੈ ਸਰਕਾਰ ਨੇ। ਪਹਿਲਾਂ ਸਿਲੈਕਸ਼ਨ ਲਿਸਟਾਂ ਜਾਰੀ ਕਰਕੇ ਆਫਰ ਲੈਟਰ ਦਿੱਤੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਫਿਰ ਹਾਲੇ ਤੱਕ ਵੀ ਲੋਕਾਂ ਨੂੰ ਜੁਆਇਨ ਨਹੀਂ ਕੀਤਾ ਜਾਂਦਾ, ਕਰਵਾਇਆ ਜਾਂਦਾ। ਅਤੇ ਮੈਂ ਇਹੀ ਕਹਾਂਗਾ ਕਿ ਇਹ ਅਤੀ ਹੈ, ਮਤਲਬ ਅਤੀ ਤੋਂ ਵੀ ਵੱਧ ਹੀ ਕਹਿ ਸਕਦੇ ਹਾਂ। ਹੁਣ ਤੁਸੀਂ ਕਹੋਗੇ ਕਿ ਅਤਿ ਕਥਨੀ ਅਤਿਸ਼ਯੋਕਤੀ ਵਰਤਦਾ ਪਿਆ, ਲੇਕਿਨ ਇਹ ਸਰਕਾਰਾਂ ਦੀਆਂ ਹੀ ਗਲਤੀਆਂ ਨੇ, ਖਾਸ ਤੌਰ 'ਤੇ ਜੋ ਨੁਮਾਇੰਦੇ ਬੋਰਡ ਦੇ ਵਿੱਚ ਬਿਠਾਏ ਹੋਏ ਨੇ, ਕਿਵੇਂ ਐਡੇ ਵੱਡੇ ਸਤਰ 'ਤੇ ਗਲਤੀਆਂ ਹੋ ਜਾਂਦੀਆਂ ਨੇ। ਠੀਕ ਹੈ, ਚਲੋ ਇਹ ਤਾਂ ਵਲੰਟੀਅਰ ਦਾ ਜੋ ਵੀ ਕਹਿ ਸਕਦੇ ਪ੍ਰੋਟੈਸਟ ਸੀ ਜਿਹਦੇ ਕਰਕੇ ਕੈਂਡੀਡੇਟ ਨੂੰ ਬਰਖਾਸਤ ਕੀਤਾ ਜਾ ਰਿਹਾ, ਲੇਕਿਨ ਉੱਥੇ ਹੀ ਗੱਲ ਅਸੀਂ ਇਹ ਵੀ ਦੇਖਦੇ ਹਾਂ ਕਿ 4161 ਜਾਂ 3704 ਦੇ ਵਿੱਚ ਵੀ ਕੈਂਡੀਡੇਟ ਨਾਲ ਬਹੁਤ ਧੱਕਾ ਹੋਇਆ, ਅਤੇ 4161 ਵਿੱਚ ਵੀ ਹੁਣੇ ਅਗਲੀ ਜਦੋਂ ਵੀ ਕਾਰਵਾਈ ਆਵੇਗੀ ਤਾਂ ਅਸੀਂ ਦੇਖਾਂਗੇ ਕਿ ਕੌਣ ਅੰਦਰ ਬਾਹਰ ਹੋ ਸਕਦਾ ਹੈ। ਜੋੜ ਘਟਾਓ ਤਾਂ ਹੋਣਾ ਹੀ ਹੈ। ਬਾਕੀ ਅਗਰ ਗੱਲ ਕਰੀਏ ਆਪਾਂ ਮੈਥ ਵਿਸ਼ੇ ਤਾਂ ਉਹਦੇ ਵਿੱਚ ਤਾਂ ਬਹੁਤ ਉਲਟ ਫੇਰ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਦੇ ਮਾਰਕਸ ਜਿਹੜੇ ਨੇ ਵਧੇ ਨੇ ਜੀ। ਠੀਕ ਹੈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੁਣ ਕੁਝ ਅਸੀਂ ਅਨੁਮਾਨ ਲਗਾ ਸਕਾਂਗੇ ਕਿ ਕੀ ਹੋ ਸਕਦਾ ਹੈ।
ਫਿਲਹਾਲ ਤਾਂ ਇਹ ਮੰਦਭਾਗੀ ਖਬਰ ਹੈ ਔਰ ਜਿਹੜੇ ਕੈਂਡੀਡੇਟ ਨੂੰ ਅੱਡ ਕੀਤਾ ਜਾ ਰਿਹਾ ਉਹਦੀ ਸੇਵਾਵਾਂ ਤੋਂ। ਹਾਲਾਂਕਿ ਉਹਦਾ ਸਪਸ਼ਟੀਕਰਨ 7 ਦਿਨ ਦੇ ਰਾਹੀਂ ਜ਼ਰੂਰ ਮੰਗਿਆ ਗਿਆ ਹੈ, ਲੇਕਿਨ ਪ੍ਰੋਟੈਸਟ ਨਾ ਕਰੇ ਜਨਤਾ ਤਾਂ ਕੀ ਕਰੇ। ਪਹਿਲਾਂ ਜੀ ਵਲੰਟੀਅਰਸ ਨੂੰ 8-10 ਵੀ ਮੁਸ਼ਕਲ ਨਾਲ ਮਿਲਦਾ ਹੋਊਗਾ, 8,000 ਹੀ ਦਿੱਤਾ ਜਾ ਰਿਹਾ। ਕਈ ਸਾਲਾਂ ਤੋਂ ਇਹ ਕੈਂਡੀਡੇਟ ਜਿਹੜੇ ਆ ਸੇਵਾ ਦੇ ਰਹੇ ਨੇ ਸਰਕਾਰੀ ਸਕੂਲਾਂ ਦੇ ਵਲੰਟੀਅਰ ਤੌਰ 'ਤੇ, ਲੇਕਿਨ ਇੱਥੇ ਹੁਣ 41ਵੀਂ ਕਾਰਡ ਦੇ ਵਿੱਚ ਵੀ ਜੋ ਸੁਣਨ ਨੂੰ ਮਿਲ ਰਿਹਾ ਹੈ, ਹਾਲਾਂਕਿ ਕੈਂਡੀਡੇਟਸ ਤਿਆਰੀ ਦੇ ਵਿੱਚ ਨੇ ਕਿ ਕੱਲ੍ਹ ਨੂੰ ਅਗਰ ਉਹ ਓਪਨ ਲੈਟਰ ਵਾਲੇ ਬਾਹਰ ਵੀ ਹੁੰਦੇ ਨੇ, ਖਾਸ ਤੌਰ 'ਤੇ ਜਿਨ੍ਹਾਂ ਦੇ ਮਾਰਕਸ ਘਟੇ ਨੇ ਪੰਜਾਬੀ ਮਾਸਟਰ ਕੈਡਰ ਦੇ ਵਿੱਚ ਜਾਂ ਹੋਰ, ਤਾਂ ਉਹ ਤਾਂ ਆਵਾਜ਼ ਆਪਣੀ ਜ਼ਰੂਰ ਚੱਕਣਗੇ। ਲੇਕਿਨ ਗੱਲ ਇੱਥੇ ਇਹ ਵੀ ਹੈ ਕਿ ਕਿੰਨਾ ਸਮਾਂ ਹੋਰ ਲੱਗ ਸਕਦਾ ਹੈ। ਅਤੇ ਹਾਲਾਂਕਿ ਸਰਕਾਰ ਨੇ ਤਾਂ ਵੀ ਕਹਿ ਦਿੱਤਾ ਸੀ ਕਿ ਇੱਕ ਨੋਟੀਫਿਕੇਸ਼ਨ ਰਾਹੀਂ ਕਿ ਅਸੀਂ ਸਿਲੈਕਟਡ ਕੈਂਡੀਡੇਟ ਨੂੰ ਅਪ੍ਰੈਲ ਦੇ ਲਾਸਟ ਤੱਕ ਟ੍ਰੇਨਿੰਗ ਤੱਕ ਭੇਜ ਦੇਵਾਂਗੇ, ਲੇਕਿਨ ਹੁਣ ਆਉਣ ਵਾਲੇ ਸਮੇਂ 'ਤੇ ਹੀ ਦੇਖ ਸਕਦੇ ਹਾਂ ਕਿ ਕੀ ਹੋਵੇਗਾ। ਅਤੇ ਫਿਲਹਾਲ ਤਾਂ ਨਵੀਂ ਇਨਫੋਰਮੇਸ਼ਨ ਕੋਈ ਨਹੀਂ ਹੈ, ਅਤੇ ਇਹੀ ਕਹਾਂਗੇ ਕਿ ਥੋੜ੍ਹਾ ਵੇਟ ਕਰੋ ਤਾਂ ਜੋ ਜੋ ਵੀ ਅਗਲਾ ਸਟੈਪ ਹੋਵੇਗਾ ਬੋਰਡ ਦਾ ਉਹ ਤੁਹਾਡੇ ਸਾਹਮਣੇ ਆ ਸਕੇ। ਧੰਨਵਾਦ। ਤੁਸੀਂ ਕੀ ਸੋਚਦੇ ਹੋ ਕਿ ਕੀ ਰਿਵਾਈਜ਼ਡ ਸਿਲੈਕਸ਼ਨ ਲਿਸਟ ਆ ਸਕਦੀ ਹੈ ਜਾਂ ਨਹੀਂ, ਕਿਉਂਕਿ ਹੁਣ ਮਸਲਾ ਕਾਫੀ ਗਰਮਾਇਆ ਹੋਇਆ ਇਹ। ਬਾਰ ਬਾਰ ਸਿੱਖਿਆ ਮੰਤਰੀ ਤਾਂ ਇਹ ਕਹਿ ਰਿਹਾ ਹੈ ਕਿ ਅਸੀਂ ਸਭ ਕੈਂਡੀਡੇਟਸ ਨੂੰ ਜੁਆਇਨ ਕਰਵਾਵਾਂਗੇ, ਲੇਕਿਨ ਇੱਥੇ ਮਾਰਕਸ ਘਟਣ ਦਾ ਇੱਕ ਜੋ ਗੱਲ ਹੈ ਜਿਹੜੀ ਉਹ ਆਈ ਹੈ ਸਾਹਮਣੇ, ਕਿਉਂਕਿ ਕੈਂਡੀਡੇਟ ਦੇ ਮਾਰਕਸ ਘਟੇ ਨੇ ਖਾਸ ਤੌਰ ਪੰਜਾਬੀ ਮਾਸਟਰ ਕੈਡਰ ਦੇ ਵਿੱਚ, ਠੀਕ ਹੈ। ਕਿਉਂਕਿ 2 ਸਾਲ ਤੋਂ ਜਿਹੜਾ ਕੈਂਡੀਡੇਟ ਆਲਰੇਡੀ 3704 ਪੋਸਟ ਸਿਲੈਕਸ਼ਨ ਆ ਕੇ ਸਿਲੈਕਸ਼ਨ ਦੇ ਵਿੱਚ ਆ ਕੇ ਜੋ 2 ਸਾਲ ਤੋਂ ਜੋਬ ਕਰ ਰਿਹਾ ਸੀ ਉਸਨੂੰ ਬਾਹਰ ਕਰ ਦਿੱਤਾ ਗਿਆ, ਅਤੇ ਬਾਕੀ ਤਾਂ ਹਾਲੇ ਤਾਂ ਆਫਰ ਲੈਟਰ ਹੀ ਮਿਲੇ ਨੇ ਕੁਝ ਕੈਂਡੀਡੇਟ ਨੂੰ, ਹੈ ਨਾ। ਤਾਂ ਕੁਝ ਵੀ ਹੋ ਸਕਦਾ ਆ, ਇਹ ਤਾਂ ਜੋਬ 'ਤੇ ਲੱਗੇ ਹੋਏ ਬੰਦੇ ਨੂੰ ਹਟਾ ਰਹੇ ਨੇ, ਅਤੇ ਹਾਲੇ ਤਾਂ ਕਈ ਕੈਂਡੀਡੇਟ ਨੂੰ ਸਿਰਫ ਆਫਰ ਲੈਟਰ ਹੀ ਮਿਲੇ ਆ, ਤਾਂ ਕੁਝ ਵੀ ਹੋ ਸਕਦਾ ਆ। ਡਰਾ ਨਹੀਂ ਰਿਹਾ, ਲੇਕਿਨ ਸੁਚੇਤ ਰਹਿਣਾ ਆਪਣੇ ਹੱਕਾਂ ਦੇ ਲਈ। ਬਾਕੀ ਸਰਕਾਰਾਂ ਕਿਸੇ ਦੀਆਂ ਸਗੀਆਂ ਨਹੀਂ ਹੈ। ਬਾਕੀ ਇੱਕ ਗੱਲ ਹੋਰ ਸੀਗੀ ਕਿ ਜੋ ਪੋਸਟਾਂ ਵਧਾਉਣ ਦੀ ਗੱਲ ਹੋ ਰਹੀ ਸੀ ਕਿ ਪੋਸਟਾਂ ਵਧਾ ਦੇਣਗੇ, ਇਹੋ ਜਿਹੀ ਸੁਣੀ ਸੁਣਾਈ ਖਬਰ ਜਿਹੜੀ ਹੈ ਉਹ ਮਿਲ ਰਹੀ ਹੈ। ਦੇਖੋ ਦੋਸਤੋ ਕੀ ਹੁੰਦਾ ਆ, ਬਾਕੀ ਤਾਂ ਹਜੇ ਤੱਕ ਤਾਂ ਇਹੋ ਜਿਹਾ ਹੋਇਆ ਨਹੀਂ ਕਿ ਸਿਲੈਕਸ਼ਨ ਲਿਸਟਾਂ ਆ ਕੇ ਉਸ ਤੋਂ ਬਾਅਦ ਪੋਸਟਾਂ ਵਧਾਈਆਂ ਜਾਣ। ਅਗਰ ਇਹ ਕਾਰਾ ਇਸ ਵਾਰ ਹੁੰਦਾ ਹੈ ਤਾਂ ਚਲੋ ਵਧੀਆ ਗੱਲ ਹੈ, ਲੇਕਿਨ ਵੇਟ ਕਰਦੇ ਹਾਂ ਕੀ ਕੁਝ ਹੋ ਸਕਦਾ ਹੈ। ਬਾਕੀ ਧੰਨਵਾਦ। ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਜ਼ਰੂਰ ਦੱਸਣਾ।